ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਪ੍ਰੀਤ ਬੜੈਚ। ਤੁਸੀਂ ਮੈਨੂੰ ਦੇਖ ਰਹੇ ਹੋ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ। ਸਭ ਤੋਂ ਪਹਿਲਾਂ ਜਲਦੀ ਨਾਲ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਆਉਣ ਵਾਲੀਆਂ ਕਵਿਤਾਵਾਂ ਦਾ ਲੁਤਫ ਲੈ ਸਕੋ। ਪਹਿਲੀ ਕਵਿਤਾ ਦਾ ਨਾਮ ਹੈ ਅੱਖਰਾਂ ਦੀ ਮਾਲਾ। ਅੱਖਰਾਂ ਦੀ ਮਾਲਾ ਅੰਦਰ ਵੀ, ਅੱਖਰਾਂ ਦੀ ਮਾਲਾ ਬਾਹਰ ਵੀ। ਕਵਿਤਾ ਉੱਕਰੀ ਰੂਹ ਅੰਦਰ, ਕਲਬੂਤ ਬਣ ਕੇ ਜਗ ਜਾਹਰ ਵੀ। ਦੋਸਤੋ, ਇਹ ਸਾਰੀ ਕਹਾਣੀ ਭਾਵਨਾਵਾਂ ਦੀ ਹੈ, ਅਹਿਸਾਸਾਂ ਦੀ ਹੈ, ਜਿਹਨਾਂ ਨੂੰ ਅੱਖਰ ਰੂਪ ਮਿਲਦੇ ਹਨ ਅਤੇ ਫਿਰ ਉਹ ਬਣਦੀ ਹੈ ਕਵਿਤਾ। ਕਵਿਤਾ ਨਦੀਓ ਨਦੀ ਨਹਾਈ, ਨਾਲੇ ਇੱਕੋ ਬੂੰਦ 'ਚ ਸਾਗਰ ਵੀ। ਹਰ ਸ਼ੈ ਹਰ ਕੋਈ ਇਸ ਨੂੰ ਭਰ ਭਰ ਪੀਵੇ, ਇਹ ਜੀਵਨ ਭਰੀ ਗਾਗਰ ਵੀ। ਅੱਖਰਾਂ ਦੀ ਮਾਲਾ ਅੰਦਰ ਵੀ, ਅੱਖਰਾਂ ਦੀ ਮਾਲਾ ਬਾਹਰ ਵੀ। ਸੋ ਦੋਸਤੋ, ਇਹ ਪੂਰੀ ਕਾਇਨਾਤ ਇਸ ਕਵਿਤਾ ਦੇ ਵਿੱਚ ਉੱਕਰੀ ਹੋਈ ਹੈ। ਹਰ ਕੋਈ ਚੀਜ਼ ਇਸ ਨੂੰ ਆਪਣੇ ਅੰਦਰ ਸਮਾਈ ਬੈਠੀ ਹੈ। ਮੇਰੇ ਕਿਰਦਾਰ ਦੀ ਚੁੱਪ ਬਣ ਜਾਵੇ, ਮੇਰੇ ਕਿਰਦਾਰ ਦੀ ਚੁੱਪ ਬਣ ਜਾਵੇ, ਕਦੇ ਉੱਚੇ ਬੋਲਣ ਦਾ ਸਾਖਰ ਵੀ। ਤਾਰੇ ਗਵਾਉਂਦੇ ਗੀਤ ਗਾਉਂਦੇ, ਦੁੱਖ ਵੰਡਾਵੇ ਕਾਲੀ ਰਾਤ ਦੀ ਚਾਦਰ ਵੀ। ਦੋਸਤੋ, ਇਸ਼ਕ ਹਕੀਕਤ ਅਤੇ ਇਸ਼ਕ ਮਜਾਜੀ ਜਦੋਂ ਕਿਸੇ ਨੂੰ ਲੱਗ ਜਾਵੇ ਤਾਂ ਗਮ ਵੀ ਗੀਤ ਗਾਉਂਦੇ ਲੱਗਦੇ ਨੇ। ਉਸਦੇ ਨਾਲ ਪੂਰੀ ਦੀ ਪੂਰੀ ਕਾਇਨਾਤ ਉਸਦਾ ਦੁੱਖ ਵਡਾਉਂਦੀ ਲੱਗਦੀ ਹੈ, ਬੇਸ਼ੱਕ ਉਹ ਕਾਲੀ ਰਾਤ ਦੀ ਚਾਦਰ ਹੀ ਕਿਉਂ ਨਾ ਹੋਵੇ। ਸੂਫੀ ਫਕੀਰਾਂ ਘਰੋਂ ਹੈ ਜਾਈ, ਅਲਾਹੀ ਬਣ ਕੇ ਬਾਣੀ ਵਿੱਚ ਆਈ। ਇਹ ਅਦਭੁਤ ਕੁਦਰਤ ਨਾਦਰ ਵੀ, ਅੱਖਰਾਂ ਦੀ ਮਾਲਾ ਅੰਦਰ ਵੀ, ਅੱਖਰਾਂ ਦੀ ਮਾਲਾ ਬਾਹਰ ਵੀ। ਸੋ ਦੋਸਤੋ, ਕਵਿਤਾ ਨੂੰ ਜਨਮ ਮਿਲਿਆ ਹੈ ਸੂਫੀ ਫਕੀਰਾਂ ਦੇ ਘਰੋਂ। ਉਸੇ ਰੂਪ ਵਿੱਚ ਇਹ ਹਰ ਇਨਸਾਨ ਦੇ ਅੰਦਰ, ਹਰ ਸ਼ੈ ਦੇ ਅੰਦਰ ਬੋਲਦੀ ਹੈ। ਮੈਂ ਉਮੀਦ ਕਰਦਾ ਹਾਂ ਦੋਸਤੋ, ਤੁਹਾਨੂੰ ਇਹ ਕਵਿਤਾ ਬਹੁਤ ਸੋਹਣੀ ਲੱਗੀ ਹੋਏਗੀ। ਸੋ ਅੱਗੇ ਹੋਰ ਵੀ ਸੋਹਣੀਆਂ ਸੋਹਣੀਆਂ ਕਵਿਤਾਵਾਂ ਸੁਣਨ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਆਪਣੇ ਕਮੈਂਟ ਜ਼ਰੂਰ ਲਿਖ ਕੇ ਭੇਜੋ। ਧੰਨਵਾਦ। ਸਤਿ ਸ਼੍ਰੀ ਅਕਾਲ।